ਕਾਂਗਰਸ ਪਾਰਟੀ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਮਹਿੰਦਰ ਸਿੰਘ ਕੇਪੀ ਨੂੰ ਤਵੱਜੋ ਨਹੀਂ ਦੇ ਰਹੀ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਸਗੋਂ ਇਸਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਰਿਹਾ ਕਿ ਜਿਸ ਦਿਨ ਤੋਂ ਕਾਂਗਰਸ ਨੇ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਦਿੱਤੀ ਹੈ, ਉਸ ਦਿਨ ਤੋਂ ਹੀ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਕੇਪੀ ਦੇ ਨਾਲ ਕਾਂਗਰਸ ਹਾਈਕਮਾਨ ਨੇ ਅਜੇ ਤੱਕ ਕੋਈ ਸੰਪਰਕ ਹੀ ਨਹੀਂ ਕੀਤਾ। ਸ਼ਨੀਵਾਰ ਨੂੰ ਕੇਪੀ ਦੇ ਘਰ ਪਹੁੰਚੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਆਉਣਾ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਪਾਰਟੀ ਹਾਈਕਮਾਨ ਦੇ ਕਹਿਣ ਤੇ ਕੇਪੀ ਨੂੰ ਮਨਾਉਣ ਵਾਸਤੇ ਆਏ ਹਨ, ਪਰ ਅਜਿਹਾ ਨਹੀਂ ਸੀ ਅਤੇ ਖੁਦ ਰੰਧਾਵਾ ਨੇ ਇਹ ਗੱਲ ਕਹੀ ਹੈ ਕਿ ਉਹ ਨਿੱਜੀ ਤੌਰ ਤੇ ਕੇਪੀ ਨੂੰ ਮਿਲਣ ਵਾਸਤੇ ਆਏ ਹਨ ਅਤੇ ਪਾਰਟੀ ਹਾਈਕਮਾਂਡ ਨੇ ਉਹਨਾਂ ਨੂੰ ਨਹੀਂ ਭੇਜਿਆ। ਰੰਧਾਵਾ ਨੇ ਕੇਪੀ ਦੇ ਗੁੱਸੇ ਨੂੰ ਵੀ ਜਾਇਜ਼ ਦੱਸਿਆ। ਮੇਰੀ ਗੱਲ ਤੇ ਇਹ ਮੈਂ ਇਹਨਾਂ ਤੋਂ ਐਜ ਏ ਕਾਂਗਰਸੀ ਨਹੀਂ ਆਇਆ, ਇਹਨਾਂ ਦੇ ਪਿਤਾ ਜੀ ਤੇ ਮੇਰੇ ਪਿਤਾ ਜੀ ਨੇ ਜੋ ਆਤਵਾਦ 'ਚ ਲੜਾਈ ਕੀਤੀ ਅਤੇ ਅਸੀਂ ਛੋਟੇ ਹੁੰਦਿਆਂ ਤੋਂ ਇਹਨਾਂ ਦੀ 6 ਨੰਬਰ ਕੋਠੀ ਹੁੰਦੀ ਸੀ, ਸਾਡੀ 8 ਨੰਬਰ ਹੁੰਦੀ ਸੀ, ਅਤੇ ਅਸੀਂ ਤੇ ਮੈਂ ਤੇ ਆਪਣੇ ਭਰਾ ਨੂੰ ਆਏ, ਔਰ ਇਹਨਾਂ ਦਾ ਜਿਹੜਾ ਗੁੱਸਾ ਉਹ ਜਾਇਜ਼ ਵੀ ਹੈ, ਅਤੇ ਉਸ ਕਰਕੇ ਮੈਂ ਪਹੁੰਚਿਆ ਸੀ। ਔਰ ਮੈਂ ਨਾ ਕਿਸੇ ਹਾਈਕਮਾਂਡ ਨੇ ਮੇਰੀ ਡਿਊਟੀ ਲਾਈ ਆ, ਮੈਂ ਆਪਣੀ ਪਰਸਨਲ ਕਪੈਸਿਟੀ 'ਚ ਆਇਆ ਕਿ ਅਸੀਂ ਕਾਂਗਰਸ ਦੇ ਖਾਨਦਾਨ ਹੈ, ਸਾਡਾ DNA ਕਾਂਗਰਸੀ ਆ, ਅਤੇ ਇਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿਹੜਾ ਗੁੱਸਾ ਬਿਲਕੁਲ ਤੁਹਾਡਾ ਬਹੁਤ ਹੈ, ਪਰ ਜੋ ਮੇਰੇ ਦਿਮਾਗ 'ਚ ਸੀ ਉਹ ਨੇਗੀਆਂ ਚੀਜ਼ਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਨੇ ਪਰਸੋਂ ਆਉਣਾ, ਅਸੀਂ ਫਿਰ ਆਪਣਾ ਪਰਿਵਾਰ ਸਾਰਾ ਇਕੱਠਾ ਬੈਠਾਂਗੇ, ਅਤੇ ਉਹਦੇ 'ਚ ਇਹ ਕਾਂਗਰਸੀ ਪਰਿਵਾਰ ਆ, ਸਾਡਾ ਆਪਣਾ ਪਰਿਵਾਰ ਆ, ਔਰ ਮੈਂ ਤਾਂ ਹਮੇਸ਼ਾ ਹੀ KP ਸਾਹਿਬ ਦੀ ਜਿਹਨੇ ਮੈਂ ਰਿਸਪੈਕਟ ਕਰਦਾ ਇਸ ਪਰਿਵਾਰ ਦੀ, ਮੇਰੇ ਖਿਆਲ ਕਿ ਹੋਰ ਕੋਈ ਵੀ ਦੂਰ ਛੱਡ ਕਰ ਨਹੀਂ, ਵੇਖੋ ਮੈਂ ਤਾਂ ਗੁੱਸਾ ਜਾਇਜ਼ ਇਹਨਾਂ ਦੇ ਬੈਠਾਂਗੇ, ਅਸੀਂ ਕੈਪਟਨ ਸਾਹਿਬ ਵੀ ਬੈਠਾਂਗੇ, ਅਸੀਂ ਗੱਲ ਇਹਦੇ ਬਾਰੇ ਕਰਾਂਗੇ ਸਾਰੇ ਜਣੇ ਜਿਹੜੀ। ਉਧਰ ਸੂਤਰ ਦੱਸਦੇ ਨੇ ਕਿ KP ਜਿੱਥੇ ਕਾਂਗਰਸ ਛੱਡ ਕੇ ਆਜ਼ਾਦ ਚੋਣ ਲੜ ਸਕਦੇ ਨੇ, ਉੱਥੇ ਭਾਜਪਾ ਵੀ KP ਨੂੰ ਹੁਸ਼ਿਆਰਪੁਰ ਤੋਂ ਚੋਣ ਲੜਾ ਸਕਦੀ। ਅਜਿਹੇ ਹਾਲਾਤਾਂ ਵਿੱਚ ਜੇਕਰ ਕਾਂਗਰਸ ਹਾਈਕਮਾਂਡ ਨੇ ਸਮਾਂ ਰਹਿੰਦਿਆਂ KP ਨੂੰ ਨਾ ਮਨਾਇਆ ਤਾਂ ਜਲੰਧਰ ਅਤੇ ਹੁਸ਼ਿਆਰਪੁਰ ਸਮੇਤ ਦੁਆਬੇ ਭਰ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਹੋਵੇਗਾ, ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।